ਦਿੱਤਾ ਤੇ ਮੈਂ ਤੇ ਆਪ ਤੁਹਾਨੂੰ ਪੁੱਛਣਾ ਸੀ ਵੀ ਤਖ਼ਤ ਸਾਹਿਬ ਤੁਸੀਂ ਬਣਾਇਆ ਹੈ, ਕਿਸੇ ਦਾ ਨਾਮ ਫਤਿਹਗੜ੍ਹ ਸਾਹਿਬ ਰੱਖਿਆ ਹੈ, ਕਿਸੇ ਤਖ਼ਤ ਦਾ ਨਾਮ ਤੁਸੀਂ ਕਿਲ੍ਹੇ ਦਾ ਨਾਮ ਆਨੰਦਗੜ੍ਹ ਰੱਖਿਆ ਹੈ, ਇਸ ਤਖ਼ਤ ਦਾ ਨਾਮ ਤੁਸੀਂ ਕੇਸ਼ਗੜ੍ਹ ਕਿਉਂ ਰੱਖਿਆ ਹੈ, ਤੁਸੀਂ ਗੋਬਿੰਦਗੜ੍ਹ ਕਿਉਂ ਨਹੀਂ ਰੱਖਿਆ, ਤੁਸੀਂ ਮਾਤਾ ਦੇ ਨਾਮ ਕਿਤੇ ਕਿਉਂ ਨਹੀਂ ਰੱਖਿਆ, ਅਜੀਤਗੜ੍ਹ ਰੱਖ ਦਿੰਦੇ ਹੋ, ਜੁਝਾਰਗੜ੍ਹ ਰੱਖ ਦਿੰਦੇ ਹੋ। ਤੇ ਸਾਹਿਬ ਨੇ ਆਖਿਆ ਸੀ ਨੰਦ ਲਾਲ ਸਾਹਿਬ ਇਹ ਜਿਹੜਾ ਤਖ਼ਤ ਹੈ ਨਾ, ਮੈਂ ਤਾਂ ਇਹਦਾ ਨਾਮ ਕੇਸ਼ਗੜ੍ਹ ਰੱਖਿਆ, ਸੁਣਿਓ ਜੀ ਆਖੋ ਵਾਹਿਗੁਰੂ, ਇਹਦਾ ਤਾਂ ਮੈਂ ਤਾਂ ਰੱਖਿਆ ਵੀ ਰਹਿੰਦੀ ਦੁਨੀਆਂ ਤੱਕ ਕਦੀ ਲੋਕ ਇੱਥੋਂ ਤੱਕ ਵੀ ਵਿਸਰ ਜਾਣ ਵੀ ਗੋਬਿੰਦ ਦਾ ਨਾਮ ਵੀ ਭੁੱਲ ਜਾਣ, ਮੇਰੇ ਅਜੀਤ ਦਾ ਨਾਮ ਭੁੱਲ ਜਾਣ, ਮੇਰੇ ਜੁਝਾਰ ਦਾ ਨਾਮ ਭੁੱਲ ਜਾਣ, ਜਦੋਂ ਆਨੰਦਪੁਰ ਸਾਹਿਬ ਆਉਣ ਇਹਨਾਂ ਨੂੰ ਇੱਕ ਗੱਲ ਚੇਤੇ ਰਵੇ, ਕੇਸ ਕੇਸ ਜਿਹੜੇ ਅੱਜ ਰੋਲੇ ਤੋਂ ਸਨ ਆਈਆਂ ਦੀਆਂ ਦੁਕਾਨਾਂ ਤੇ ਆ, ਉਹ ਤਰ੍ਹਾਂ ਤੁਸੀਂ ਸਿੱਖ ਘਰਾਂ ਚ ਖੜ ਕੇ ਅਖੰਡਪੜ ਸਾਹਿਬ ਕਰਾਓ, ਘਰਾਂ ਚ ਰੱਖ ਕੇ ਇਹ ਬਿਜ਼ਨਸ ਚਲਾਓ, ਸੰਪਟ ਪਾਠਾਂ ਦੇ, ਦੂਸਰੀਆਂ ਕੋਤਰੀਆਂ ਦੇ, ਤੀਸਰੇ ਇਹ ਸਭ ਕੁਝ ਤੁਸੀਂ ਬਿਜ਼ਨਸ ਕਰੋ, ਮਗਰ ਗੱਲ ਨਾ ਉਹਦੀ ਮੰਨੋ ਗੁਰਬਾਣੀ ਕਹੇ। ਤੇ ਭਾਈ ਨੰਦ ਲਾਲ ਸਾਹਿਬ ਨੇ ਐਡਾ ਲੰਮਾ ਦਾੜਾ ਹੱਥ ਚ ਫੜ ਕੇ ਆਖਿਆ, ਸਾਹਿਬ ਜੀ ਜੇ ਅੱਜ ਇੰਨੇ ਤੁੱਠੇ ਹੋ ਨਾ ਕੇਸਗੜ੍ਹ ਸਾਹਿਬ ਬਾਰੇ ਦੱਸਿਆ ਜੇ, ਤੇ ਇੱਕ ਗੱਲ ਮੈਨੂੰ ਦੱਸ ਜੋ ਵੀ ਕੇਸ ਹੈ ਕੀ, ਕੇਸ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵੀ ਦਾੜਾ ਧੁਨੀ ਤੋਂ ਲੰਮਾ ਸੀ, ਇੱਥੋਂ ਤੱਕ ਲੰਮਾ ਦਾੜਾ, ਹੱਥ ਚ ਫੜ ਕੇ ਕਹਿੰਦੇ ਆਨੰਦ ਲਾਲ ਆ ਮੇਰੇ ਨੇਤਰਾਂ ਚ ਵੇਖ, ਕੇਸ ਇੱਥੋਂ ਤੱਕ ਲੰਮਾ ਦਾੜਾ, ਹੱਥ ਚ ਫੜ ਕੇ ਸਾਹਿਬ ਕਹਿੰਦੇ ਇਹ ਗੁਰ ਕੀ ਮੋਹਰ, ਜਿਹੜਾ ਦਾੜੀ ਆ ਇਹ ਗੁਰੂ ਦੀ ਮੋਹਰ ਆ, ਤੇ ਸਾਨੂੰ ਤੇ ਗੁਰੂ ਦੀ ਮੋਹਰ ਕੱਟਣ ਲੱਗਿਆ ਵੀ ਕਿਤੇ ਡਰ ਨਾ ਆਇਆ, ਸਾਨੂੰ ਕਦੀ ਡਰ ਨਾ ਆਇਆ ਵੀ ਦਾੜੀ ਕੱਟ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਚਲੇ ਕਿਤਨਾ ਜਾਊ, ਮੈਂ ਕਦਮ ਕਿਤਨਾ ਰੱਖ ਦੂੰਗਾ, ਮੈਂ ਸਾਹਮਣੇ ਗੁਰੂ ਦੇ ਜਾਊਂਗਾ ਕਿਤਨਾ, ਜਿਹੜਾ ਲੋਕ ਪ੍ਰਲੋਕ ਦਾ ਮਾਲਕ ਆ, ਖਿਨ ਮੈਂ ਥਾਪ ਉਥਾਪਣ ਹਾਰਾ ਅੰਤ ਨਹੀਂ ਕਿਚ, ਐਡੇ ਵੱਡੀ ਪਾਵਰ ਦਾ ਮਾਲਕ ਧਰਤੀ ਦੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾਵੇ, ਮੈਨੂੰ ਜਿਹਨੇ ਕੋਠੀਆਂ ਦਿੱਤੀਆਂ ਨੇ ਕੱਲ ਨੂੰ ਮਾਰ ਕੇ ਚਪੇੜ ਆਖੇ ਕੋਠੀ ਦੀ ਚਾਬੀ ਦੇ ਜਾ, ਉਹਦਾ ਮੈਂ ਕੀ ਵਿਗਾੜ ਦੂ, ਦਸ ਵਸਤੂ ਲੇ ਇੱਕ ਵਸਤ ਕਾਰਨ ਇੱਕ ਵੀ ਨਾ ਦੇ, ਹਿਰਲੇ ਮਨੇ ਖੋਲੇ, ਜੇ ਦਾੜੀ ਕੱਟਣ ਵਾਲਿਆ ਤੇਰੇ ਕੋਲੋਂ ਘਰ ਦੀ ਚਾਬੀ ਰੱਬ ਖੋਲੇ ਤੇ ਮੈਂ ਰੱਬ ਦੀ ਬਾਂਹ ਤੋੜ ਦੇਗਾ, ਕੀ ਕਰ ਦੇਗਾ ਰੱਬ ਨੂੰ, ਮਗਰ ਅਸੀਂ ਤੇ ਡਰੇ ਹੀ ਨਾ, ਇੱਥੋਂ ਤੱਕ ਫੜ ਕੇ ਹੱਥ ਵਿੱਚ ਦਾੜਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆਨੰਦ ਲਾਲ ਮੇਰੇ ਨੇਤਰਾਂ ਚ ਵੇਖ ਮੈਂ ਸਮਝਾਵਾਂ ਇਹ ਕੀ, ਨੇਤਰਾਂ ਚ ਵੇਖ ਕੇ ਆਖਿਆ ਗੁਰ ਕੀ ਮੋਹਰ, ਤੇ ਆਨੰਦ ਲਾਲ ਸਾਹਿਬ ਨੇ ਆਖਿਆ ਜੀ ਇਹਦਾ ਸਤਿਕਾਰ ਕਿੰਨਾ ਕਰੀਏ, ਆਖੋ ਵਾਹਿਗੁਰੂ, ਸੁਣ ਰਹੇ ਹੋ ਜੀ, ਇਹਦਾ ਸਤਿਕਾਰ ਕਿੰਨਾ ਕਰੀਏ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਪਿਤਾ ਗੁਰਦੇਵ ਜੀ ਕਹਿੰਦੇ ਗੁਰੂ ਸਮ ਜਾਣੇ, ਗੁਰੂ ਸਮ ਜਾਣੇ, ਸਮ ਬਣੇ ਬਰਾਬਰ, ਇਹ ਦਾੜੇ ਨੂੰ ਓਨਾ ਹੀ ਸਤਿਕਾਰ ਦੇਈ ਜਿੰਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਣਾ ਹੈ। ਫਿਰ ਤੂੰ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖਿਆ, ਮੈਂ ਰੁਲ ਗਿਆ ਜੀ, ਪੰਥ ਰੁਲ ਗਿਆ, ਪੰਥ ਰੁਲ ਗਿਆ, ਪੰਥ ਰੁਲ ਗਿਆ, ਲੋਕਾਂ ਦੇ ਕੋਲ, ਲੋਕਾਂ ਦੇ ਘਰਾਂ ਚ ਜਾ ਕੇ ਹੱਥ ਜੋੜਨ ਵਾਲੇ ਹੋ, ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰੋ, ਕਿਹੜਾ ਮਸਲਾ ਨਹੀਂ ਹੱਲ ਕਰੂ, ਅਸੀਂ ਜੋ ਕਹਿੰਦੇ ਵੀ ਸਾਡਾ ਮਸਲਾ ਜੀ ਫਲਾਣਾ ਹੱਲ ਕਰੇ, ਢੀਂਗੜਾ ਹੱਲ ਕਰੇ, ਜੀ ਮੈਂ ਫਲਾਣੇ ਨੂੰ ਕਹਿੰਦਾ, ਮੈਂ ਢੀਂਗੜੇ ਨੂੰ ਕਹਿੰਦਾ, ਕੀ ਪੰਥ ਨੂੰ ਕਦੀ ਨਹੀਂ ਚੇਤਾ ਆਇਆ, ਗਲ ਚ ਪੱਲਾ ਪਾ ਕੇ ਕੜਾਹ ਪ੍ਰਸ਼ਾਦੀ ਦੇਗ ਬਣਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹੋਗੇ ਤੇ ਫੇਰ ਨਹੀਂ ਹੋਊ, ਜੇ ਤੁਹਾਨੂੰ ਹੀ ਨਹੀਂ ਭਰੋਸਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ, ਲੋਕਾਂ ਨੂੰ ਕਹੋ ਕਹਿੰਦੇ ਇਹਨੂੰ ਗੁਰੂ ਗ੍ਰੰਥ ਨੂੰ, ਗੁਰ ਮੇਰੇ ਸੰਗ, ਨਾਲੇ ਇੱਕ ਪਾਸੇ ਪੜਦੇ ਹੋ ਗੁਰਪੂਰਾ ਜਿਨ ਸਿਮਰਿਆ ਸਹੀ ਪੈ, ਨਾਨਕ ਨਾਮ ਆਰਾਧਨਾ ਕਾਰਜ ਆਵੇ, ਇਹ ਬਚਨ ਤੁਹਾਡਾ ਕਿੰਨਾ ਪੋਲਾ ਪੈ ਗਿਆ ਵੀ ਸਿੱਖੋ, ਇੱਕ ਪਾਸੇ ਕਹਿੰਦੇ ਸਾਡਾ ਗੁਰੂ ਜਿਉਂਦਾ ਜਾਗਦਾ ਹਾਜ਼ਰ ਨਾਜ਼ਰ ਸਾਡੇ ਨਾਲ, ਇੱਕ ਪਾਸੇ ਹੱਥ ਕਿਸੇ ਹੋਰ ਅੱਗੇ ਜੋੜਦੇ ਫਿਰਦੇ ਹੋ,
ਗੁਰਬਾਣੀ ਕਹੇ, ਬੋਲੋ ਤੇ ਸੇਵਕ ਜਨ ਕਿਤੇ ਮੰਨ ਲਓ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾਕਾ। ਕਿਤਨਾ ਰੰਗ ਚੜਦਾ ਜੀ, ਧਿਆਨ ਦਿਓ ਰੰਗ ਕਿਤਨਾ ਚੜਦਾ ਜੀ। ਕਹਿੰਦੇ ਠਾਕੁਰ ਗਾਈਏ, ਉੱਤੋਂ ਉੱਤੋਂ ਨਹੀਂ, ਉੱਤੋਂ ਉੱਤੋਂ ਨਹੀਂ, ਉੱਤੋਂ ਉੱਤੋਂ ਤੇ ਸਾਰੀ ਰਾਤ ਲੋਕੀ ਧਰਤੀ ਪੁੱਟ ਦਿੰਦੇ ਨੇ ਵਾਹਿਗੁਰੂ ਵਾਹਿਗੁਰੂ ਕਰਕੇ। ਠਾਕੁਰ ਗਾਈਏ ਆਤਮ ਰੰਗ, ਆਤਮਕ ਰੰਗ ਵਿੱਚ ਆਣ ਕੇ ਕਿਤੇ ਜੁੜ ਕੇ, ਸਰਨੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ। ਤੇ ਫਿਰ ਗੁਰੂ ਸਾਹਿਬ ਨੇ ਤੇ ਇੰਨੇ ਦਰਵਾਜ਼ੇ ਖੋਲੇ ਵੀ ਕੋਈ ਇਹੋ ਜਿਹਾ ਆਵੇ ਤੇ ਮੈਂ ਉੱਠ ਕੇ ਉਹਦੀ ਚਰਨ ਧੂੜ ਲਊਂਗਾ। ਮੈਂ ਇਹ ਨਹੀਂ ਕਹੂੰਗਾ ਗੁਰੂ ਦੀ ਚਰਨ ਧੂੜ ਲੈ, ਗੁਰੂ ਕਹਿੰਦਾ ਮੈਂ ਲਊ ਉਹਦੀ ਚਰਨ ਧੂੜ ਜਿਹਨੂੰ